ਤਾਂ ਗੌਰ ਨਾਲ ਦੇਖੋ ਸੀਸੀਟੀਵੀ ਤਸਵੀਰਾਂ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਅਚਾਨਕ ਦੁਕਾਨ ਤੇ ਦੋ ਨੌਜਵਾਨ ਤੜ ਤੜ ਕਰਕੇ ਗੋਲੀਆਂ ਚਲਾ ਜਾਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਰਨ ਤਾਰਨ ਦੇ ਇੱਕ ਸੁਨਿਆਰੇ ਦੇ ਦੁਕਾਨ ਦੇ ਬਾਹਰ ਦੀਆਂ, ਜਿੱਥੇ ਤੜ ਤੜ ਕਰਕੇ 5 ਤੋਂ 6 ਰਾਉਂਡ ਫਾਇਰ ਕਰਕੇ ਗਏ ਨੇ ਬਦਮਾਸ਼। ਮੋਟਰਸਾਈਕਲ ਸਵਾਰ ਇਹ ਦੋ ਬਦਮਾਸ਼ ਆਉਂਦੇ ਨੇ, ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਤਸਵੀਰਾਂ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਨੇ, ਜਿੱਥੇ ਫਾਇਰਿੰਗ ਹੋਈ ਹੈ। ਦੋਣ ਪਛਾਤਿਆਂ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਹੈ। ਬਾਈਕ ਤੇ ਸਵਾਰ ਹੋ ਕੇ ਆਏ ਸੀ ਇਹ ਅਣਪਛਾਤੇ ਹਮਲਾਵਰ, ਫਾਇਰਿੰਗ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਾਂ ਪਿਛਲੇ ਇੱਕ ਮਹੀਨੇ ਤੋਂ ਧਮਕੀਆਂ ਭਰੇ ਫੋਨ ਆ ਰਹੇ ਸੀ ਸੁਨਿਆਰੇ ਨੂੰ, 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ ਗੈਂਗਸਟਰਾਂ ਦੇ ਵੱਲੋਂ। ਹਾਲਾਂਕਿ ਗੈਂਗਸਟਰਾਂ ਨੇ ਆਪਣਾ ਨਾਮ ਨਹੀਂ ਦੱਸਿਆ ਸੀ, ਪਰ ਫਿਰ ਵੀ 20 ਲੱਖ ਰੁਪਏ ਦੀ ਰੰਗਦਾਰੀ ਲਗਾਤਾਰ ਮੰਗੀ ਜਾ ਰਹੀ ਸੀ। ਕਿਹਾ ਜਾ ਰਿਹਾ ਸੀ ਕਿ ਜੇਕਰ ਰੰਗਦਾਰੀ ਨਾ ਦਿੱਤੀ ਗਈ ਤਾਂ ਗੋਲੀਆਂ ਚਲਾ ਦਾਂਗੇ ਤੇ ਦੁਕਾਨ ਤੇ ਆ ਕੇ। ਉਸੇ ਤਰੀਕੇ ਦੇ ਵਾਂਗ ਸੁਨਿਆਰੇ ਨੇ ਇੱਕ ਮਹੀਨਾ ਇਹਨਾਂ ਧਮਕੀਆਂ ਨੂੰ ਇਗਨੋਰ ਕੀਤਾ, ਨਜ਼ਰਅੰਦਾਜ਼ ਕੀਤਾ। ਤਾਂ ਇੱਕ ਮਹੀਨੇ ਬਾਅਦ, ਲਗਾਤਾਰ ਇੱਕ ਮਹੀਨੇ ਧਮਕੀਆਂ ਆਉਣ ਤੋਂ ਬਾਅਦ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਸੁਨਿਆਰੇ ਨੇ ਰੰਗਦਾਰੀ ਦੇਣ ਤੋਂ ਮਨਾ ਕਰਤਾ ਸੀ ਤੇ ਹੁਣ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਤਾਂ ਦੇਖ ਸਕਦੇ ਹੋ ਤੁਸੀਂ ਤਰਨ ਤਾਰਨ ਦਾ ਮਾਹੌਲ, ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਤਸਵੀਰਾਂ ਤੇ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ, ਤੜ ਤੜ ਕਰਕੇ ਗੋਲੀਆਂ ਚਲਾ ਜਾਂਦੇ ਨੇ। ਤਾਂ ਇੱਕ ਸੁਨਿਆਰੀ ਦੀ ਦੁਕਾਨ ਤੇ ਹਮਲਾ ਹੋਇਆ ਦਿਨ ਦਿਹਾੜੇ। ਕੁਝ ਦਿਨ ਪਹਿਲਾਂ ਇਸੇ ਥਾਂ ਤੇ ਬੱਚੇ ਵੀ ਖੇਡ ਰਹੇ ਸੀ, ਅੰਦਾਜ਼ਾ ਲਗਾ ਸਕਦੇ ਹੋ ਜੇਕਰ ਬੱਚਿਆਂ ਦੇ ਗੋਲੀ ਲੱਗ ਜਾਂਦੀ ਤਾਂ ਜ਼ਿੰਮੇਵਾਰ ਕੌਣ ਹੁੰਦਾ। ਤਾਂ ਦੇਖ ਸਕਦੇ ਹੋ ਕਿਆ ਵੱਡੀ ਘਟਨਾ ਹੋਈ ਹੈ। ਤਰਨ ਤਾਰਨ ਦੇ ਵਿੱਚ ਅਣਪਛਾਤਿਆਂ ਦੇ ਵੱਲੋਂ ਸੁਨਿਆਰੀ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ। ਗੌਰ ਨਾਲ ਦੇਖੋ ਸੀਸੀਟੀਵੀ ਤਸਵੀਰਾਂ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਅਚਾਨਕ ਦੁਕਾਨ ਤੇ ਦੋ ਨੌਜਵਾਨ ਤੜ ਤੜ ਕਰਕੇ ਗੋਲੀਆਂ ਚਲਾ ਜਾਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਰਨ ਤਾਰਨ ਦੇ ਇੱਕ ਸੁਨਿਆਰੇ ਦੇ ਦੁਕਾਨ ਦੇ ਬਾਹਰ ਦੀਆਂ, ਜਿੱਥੇ ਤੜ ਤੜ ਕਰਕੇ 5 ਤੋਂ 6 ਰਾਉਂਡ ਫਾਇਰ ਕਰਕੇ ਗਏ ਨੇ ਬਦਮਾਸ਼। ਮੋਟਰਸਾਈਕਲ ਸਵਾਰ ਇਹ ਦੋ ਬਦਮਾਸ਼ ਆਉਂਦੇ ਨੇ, ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਤਸਵੀਰਾਂ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਨੇ, ਜਿੱਥੇ ਫਾਇਰਿੰਗ ਹੋਈ ਹੈ। ਦੋਣ ਪਛਾਤਿਆਂ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਹੈ। ਬਾਈਕ ਤੇ ਸਵਾਰ ਹੋ ਕੇ ਆਏ ਸੀ ਇਹ ਅਣਪਛਾਤੇ ਹਮਲਾਵਰ, ਫਾਇਰਿੰਗ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਾਂ ਪਿਛਲੇ ਇੱਕ ਮਹੀਨੇ ਤੋਂ ਧਮਕੀਆਂ ਭਰੇ ਫੋਨ ਆ ਰਹੇ ਸੀ ਸੁਨਿਆਰੇ ਨੂੰ, 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ ਗੈਂਗਸਟਰਾਂ ਦੇ ਵੱਲੋਂ। ਹਾਲਾਂਕਿ ਗੈਂਗਸਟਰਾਂ ਨੇ ਆਪਣਾ ਨਾਮ ਨਹੀਂ ਦੱਸਿਆ ਸੀ, ਪਰ ਫਿਰ ਵੀ 20 ਲੱਖ ਰੁਪਏ ਦੀ ਰੰਗਦਾਰੀ ਲਗਾਤਾਰ ਮੰਗੀ ਜਾ ਰਹੀ ਸੀ। ਕਿਹਾ ਜਾ ਰਿਹਾ ਸੀ ਕਿ ਜੇਕਰ ਰੰਗਦਾਰੀ ਨਾ ਦਿੱਤੀ ਗਈ ਤਾਂ ਗੋਲੀਆਂ ਚਲਾ ਦਾਂਗੇ ਤੇ ਦੁਕਾਨ ਤੇ ਆ ਕੇ। ਉਸੇ ਤਰੀਕੇ ਦੇ ਵਾਂਗ ਸੁਨਿਆਰੇ ਨੇ ਇੱਕ ਮਹੀਨਾ ਇਹਨਾਂ ਧਮਕੀਆਂ ਨੂੰ ਇਗਨੋਰ ਕੀਤਾ, ਨਜ਼ਰਅੰਦਾਜ਼ ਕੀਤਾ। ਤਾਂ ਇੱਕ ਮਹੀਨੇ ਬਾਅਦ, ਲਗਾਤਾਰ ਇੱਕ ਮਹੀਨੇ ਧਮਕੀਆਂ ਆਉਣ ਤੋਂ ਬਾਅਦ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਸੁਨਿਆਰੇ ਨੇ ਰੰਗਦਾਰੀ ਦੇਣ ਤੋਂ ਮਨਾ ਕਰਤਾ ਸੀ ਤੇ ਹੁਣ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਤਾਂ ਦੇਖ ਸਕਦੇ ਹੋ ਤੁਸੀਂ ਤਰਨ ਤਾਰਨ ਦਾ ਮਾਹੌਲ, ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਤਸਵੀਰਾਂ ਤੇ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ, ਤੜ ਤੜ ਕਰਕੇ ਗੋਲੀਆਂ ਚਲਾ ਜਾਂਦੇ ਨੇ। ਤਾਂ ਇੱਕ ਸੁਨਿਆਰੀ ਦੀ ਦੁਕਾਨ ਤੇ ਹਮਲਾ ਹੋਇਆ ਦਿਨ ਦਿਹਾੜੇ। ਕੁਝ ਦਿਨ ਪਹਿਲਾਂ ਇਸੇ ਥਾਂ ਤੇ ਬੱਚੇ ਵੀ ਖੇਡ ਰਹੇ ਸੀ, ਅੰਦਾਜ਼ਾ ਲਗਾ ਸਕਦੇ ਹੋ ਜੇਕਰ ਬੱਚਿਆਂ ਦੇ ਗੋਲੀ ਲੱਗ ਜਾਂਦੀ ਤਾਂ ਜ਼ਿੰਮੇਵਾਰ ਕੌਣ ਹੁੰਦਾ। ਤਾਂ ਦੇਖ ਸਕਦੇ ਹੋ ਕਿਆ ਵੱਡੀ ਘਟਨਾ ਹੋਈ ਹੈ। ਤਰਨ ਤਾਰਨ ਦੇ ਵਿੱਚ ਅਣਪਛਾਤਿਆਂ ਦੇ ਵੱਲੋਂ ਸੁਨਿਆਰੀ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ।